ਦੀ ਗੱਲ ਆ ਜਿਸ ਵੇਲੇ ਵੀਰੋ ਜਾ ਕੇ ਕਿਸ਼ਨੇ ਪੰਡਤ ਨੇ ਰਾਜੇ ਸਲਮਾਨ ਨੂੰ ਦੱਸਿਆ ਕਿ ਰਾਜਗੁਰੂ ਪੱਤਾ ਨੌ ਲੈਣ ਦੀ ਦੇਰ ਸੀ। ਰਾਜੇ ਸਲਮਾਨ ਦੇ ਵੀਰੋ 12 ਸਾਲ ਦਾ ਬਰਮ ਹਰਾ ਹੋ ਗਿਆ। ਉਸੇ ਤਰ੍ਹਾਂ ਉੱਚੀ ਉੱਚੀ ਧਾਸਾਂ ਮਾਰਨੇ ਸ਼ੁਰੂ ਕਰ ਦਿੱਤੀਆਂ। ਉਹ ਪੰਡਤਾ ਕਿਉਂ ਝੂਠ ਬੋਲਦਾ? ਮੇਰਾ ਬਾਪੂ ਦਾ ਪੁੱਤ ਕਿੱਥੇ ਹੋਣ? ਉਹ 12 ਸਾਲੀ ਦਾ ਲੋਹਾ ਵੀ ਗੱਲ ਜਾਇਆ ਕਰਦਾ, ਓਏ ਹੁਣ ਮੇਰਾ ਬਾਪੀ ਦਾ ਪੁੱਤ ਕਿੱਥੇ? ਉੱਥੇ ਗੌਰਨਰ ਤੱਕਣਾ ਧਾਸਾਂ ਮਾਰ ਮਾਰ ਕੇ ਰਾਜਾ ਸਲਮਾਨ ਜਵਾਬ ਕਰਦਾ। ਉੱਥੇ ਕਿਹਾ, ਕਹਿੰਦੇ ਗੱਲ ਪੰਡਤ ਦੀ ਸੁਣ ਕੇ ਰਾਜਾ ਨਹੀਂ ਮੰਨਦਾ ਸੱਚ, ਉਹ ਝੂਠ ਬੋਲਦਾ ਪੰਡਤਾ। ਆ ਮੈਨੂੰ ਨਹੀਂ ਆਉਂਦਾ ਪੱਕ, ਮੇਰਾ ਪੁੱਤ ਬੇਤਕਸੀਰ ਸੀ ਤੇ ਫਿਰ ਲੂਣਾ ਪਾਪ ਦਾ ਮੱਤ। ਇਹ ਲੂਣਾ ਪਾਪ ਨਹੀਂ, ਉਹ ਕਹਿੰਦਾ ਮੈਨੂੰ ਗਲੀਏ ਜਗਾਲੇ। ਫਿਰ ਮਨਸਾ ਰਾਮ ਵਜ਼ੀਰ ਸੀ, ਮੈਨੂੰ ਰਿਹਾ ਬਥੇਰਾ ਡੱਕ, ਮੈਂ ਪੁੱਤ ਨੂੰ ਪੂਰੇ ਜਲਾਦਾ ਤੋੜਿਆ, ਡੋਲੀ ਮੁਸ਼ਕਾਂ ਤੱਤ ਵਿੱਚ ਰੋਹੀ ਦੇ ਜਾ ਕੇ ਪੁੱਤ ਦੀ ਦੇਹ ਤੇ ਮਾਰੇ ਫੱਟ। ਉਹ ਗੋਡਿਆਂ ਤੋਂ ਲੱਤਾਂ ਵੱਢ ਲੀਆਂ ਤੇ ਆਹ ਕੂਣੀਆਂ ਤੋਂ ਲਾ ਲੇ, ਨੇਤਰ ਕੱਢ ਲਏ ਉਸ ਦੇ, ਛੰਨਾ ਭਰਿਆ ਰੱਤ, ਪੰਡ ਘੂਰੇ ਦੀ ਬੰਨ ਕੇ ਉਹਨੂੰ ਖੂਹ ਵਿੱਚ ਆ ਕੇ ਸੱਟ। ਕਹਿੰਦਾ ਉਹਨੂੰ ਐਡਾ ਕਿਹੜਾ ਮਿਲ ਪਿਆ, ਪਿਆ ਕਰਨੀ ਦਾ ਸਮਰੱਥ, ਕਿਵੇਂ ਖੂਹ ਚੋਂ ਕੱਢ ਕੇ ਦਿੱਤੇ ਪੈਰ ਦੇ ਹੱਥ, ਤੇ ਗੰਦੇ ਪੁੱਤ ਪਸੂਨਿਆ, ਉਹ ਮੈਂ ਤੈਨੂੰ ਗਵਾਂ ਮਨਸ ਦਿਆਂ, ਲੱਖ ਇੱਕ ਤਰ੍ਹਾਂ ਮਾਰ ਮਾਰ ਕੇ ਬਥੇਰਾ।